ਨਿਊਜ਼ੀਲੈਂਡ ਨੇ ਐਲਾਨ ਕਰ ਦਿੱਤਾ ਸੀ ਕਿ ਕਰੋਨਾ ਉੱਥੇ ਹੁਣ ਮੁੱਕ ਗਿਆ, ਪਰ ਉਸ ਤੋਂ ਬਾਅਦ 2 ਕੇਸ ਹੋਰ ਆਏ। ਹੁਣ ਹਾਲ ਇਹ ਹੈ ਕਿ ਫੌਜ ਨੂੰ ਇੱਕ ਖਾਸ ਡਿਊਟੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਵੀ ਇੱਕ ਐਲਾਨ ਹੋਇਆ ਹੈ ਅਤੇ ਪੁਤਿਨ ਰਸ਼ੀਆ ਦੇ ਪ੍ਰੈਜ਼ੀਡੈਂਟ, ਉਹਨਾਂ ਲਈ ਵੀ ਇੱਕ ਖਾਸ ਇੰਤਜ਼ਾਮ ਕੀਤਾ ਗਿਆ ਹੈ। ਦੇਸ਼ ਅਤੇ ਦੁਨੀਆ ਦੀਆਂ ਸਾਰੀਆਂ ਕਰੋਨਾ ਨਾਲ ਜੁੜੀਆਂ ਖਬਰਾਂ ਦਾ ਰਾਊਂਡ ਅਪ ਪੇਸ਼ ਹੈ। ਨਿਊਜ਼ੀਲੈਂਡ ਤੋਂ ਸ਼ੁਰੂ ਕਰਦੇ ਹਾਂ, ਕਿਉਂਕਿ ਨਿਊਜ਼ੀਲੈਂਡ ਤੋਂ ਕੁਝ ਦਿਨ ਪਹਿਲਾਂ ਇੱਕ ਚੰਗੀ ਖਬਰ ਇਹ ਆਈ ਸੀ ਕਿ ਉੱਥੇ ਹੁਣ ਆਮ ਜ਼ਿੰਦਗੀ ਰਿਜ਼ਿਊਮ ਹੋ ਗਈ ਹੈ, ਵਾਪਸ ਸ਼ੁਰੂ ਹੋ ਗਈ ਹੈ। ਪਰ ਹੁਣ UK ਤੋਂ ਆਈਆਂ 2 ਔਰਤਾਂ ਉੱਥੇ ਕਰੋਨਾ ਪੋਜ਼ਿਟਿਵ ਪਾਈਆਂ ਗਈਆਂ ਨੇ। ਪ੍ਰਧਾਨ ਮੰਤਰੀ ਜਸਿੰਦਾ ਆਰਡਨ ਨੇ ਕਿਹਾ ਹੈ ਕਿ ਅਸਿਸਟੈਂਟ ਚੀਫ ਆਫ ਡਿਫੈਂਸ ਡੈਰੀਅਨ ਵੈਬ ਇਸ ਦਿਸ਼ਾ ਵਿੱਚ ਲੋੜ ਮੁਤਾਬਕ ਅਮਲੇ ਦੀ ਵਰਤੋਂ ਕਰ ਸਕਣਗੇ ਕਿ ਕਰੋਨਾ ਨੂੰ ਅਗਾਂਹ ਫੈਲਣ ਤੋਂ ਕਿਵੇਂ ਰੋਕ ਕੇ ਰੱਖਣਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਬਾਰਡਰ ਕੰਟਰੋਲ ਹੋਰ ਮੁਸਤੈਦ ਅਤੇ ਅਨੁਸ਼ਾਸਿਤ ਹੋਣੇ ਚਾਹੀਦੇ ਨੇ, ਜਿਨ੍ਹਾਂ ਵਿੱਚ ਮੰਤਰੀਆਂ ਅਤੇ ਦੇਸ਼ ਵਾਸੀਆਂ ਦਾ ਭਰੋਸਾ ਹੋਵੇ। ਉਹਨਾਂ ਨੇ ਇਹ ਕਿਹਾ ਕਿ ਨਿਊਜ਼ੀਲੈਂਡ ਦੇ ਇਹ ਐਲਾਨ ਕਰਨ ਤੋਂ ਬਾਅਦ ਵੀ ਕਿ ਅਸੀਂ ਹੁਣ ਕਰੋਨਾ ਮੁਕਤ ਹਾਂ, 2 ਕੇਸ ਹੋਣੇ ਸਿਸਟਮ ਦੀ ਨਾਕਾਮੀ ਹੈ, ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਅੰਤਰਰਾਸ਼ਟਰੀ ਪੱਧਰ 'ਤੇ ਇੱਕ ਹੋਰ ਖਬਰ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੂੰ ਲਾਗ ਤੋਂ ਬਚਾਉਣ ਲਈ ਰਾਜਧਾਨੀ ਮਾਸਕੋ ਵਿਖੇ ਉਹਨਾਂ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਇੱਕ ਖਾਸ ਡਿਸਇਨਫੈਕਟੈਂਟ ਸੁਰੰਗ ਲਗਾਈ ਗਈ ਹੈ। ਅਫੀਸ਼ਲਸ ਇਹ ਕਹਿ ਰਹੇ ਨੇ ਕਿ ਇਹ ਸੁਰੰਗ ਜਿਹੜੀ ਭਾਫ਼ ਪੈਦਾ ਕਰਦੀ ਹੈ, ਜੇ ਇਸ ਵਿੱਚੋਂ ਕੋਈ ਵਿਅਕਤੀ ਲੰਘੇ ਤਾਂ ਉਸਦੇ ਕੱਪੜਿਆਂ ਉੱਤੇ ਜਾਂ ਸਰੀਰ ਦੇ ਕਿਸੇ ਅੰਗ ਉੱਤੇ ਲੱਗਿਆ ਵਾਇਰਸ ਖਤਮ ਹੋ ਜਾਂਦਾ ਹੈ। ਰਾਸ਼ਟਰਪਤੀ ਨੂੰ ਮਿਲਣ ਆਏ ਹਰ ਵਿਅਕਤੀ ਨੂੰ ਇਸ ਦੇ ਵਿੱਚੋਂ ਲੰਘਣਾ ਪਵੇਗਾ। ਰੂਸ ਵਿੱਚ ਹੁਣ ਲਾਗ ਦੇ 5 ਲੱਖ ਤੋਂ ਵੱਧ ਮਾਮਲੇ ਨੇ ਅਤੇ ਮੁਲਕ ਦੁਨੀਆ ਦੇ ਮੁਲਕਾਂ ਵਿੱਚੋਂ 3 ਨੰਬਰ 'ਤੇ ਹੈ ਕੇਸਿਸ ਦੇ ਮਾਮਲੇ 'ਚ। ਹੁਣ ਇਸ ਨੂੰ ਠੱਲ ਪਾਉਣ ਲਈ ਰੂਸ ਨੇ ਤੈਅ ਕੀਤਾ ਹੈ ਕਿ ਇੱਕ ਪਬਲਿਕ ਲੈਵਲ ਦਾ, ਮਤਲਬ ਬਹੁਤ ਵੱਡੇ ਪੱਧਰ ਦਾ ਜਨਤਕ ਤੌਰ 'ਤੇ ਇੱਕ ਟੈਸਟਿੰਗ ਪ੍ਰੋਗਰਾਮ ਚਲਾਇਆ ਜਾਏਗਾ। ਬਹੁਤ ਸਾਰੇ ਲੋਕਾਂ ਦਾ ਟੈਸਟ ਕੀਤਾ ਜਾਏਗਾ ਕਿ ਪਤਾ ਤਾਂ ਲੱਗੇ ਕਿੰਨੇ ਲੋਕਾਂ ਨੂੰ ਹੈ। ਜੇ ਭਾਰਤ ਵੱਲ ਆਈਏ ਤਾਂ ਸੁਪਰੀਮ ਕੋਰਟ ਵਿੱਚ ਚੱਲਦੀ ਕਰੋਨਾ ਵਾਇਰਸ ਨਾਲ ਜੁੜੀ ਇੱਕ ਸੁਣਵਾਈ ਵਿੱਚ ਦਿੱਲੀ ਸਰਕਾਰ ਨੂੰ ਕੋਰਟ ਨੇ ਝਾੜ ਪਾਈ ਹੈ। ਕੋਰਟ ਨੇ ਪੁੱਛਿਆ, ਦਿੱਲੀ ਨੇ ਕੀ ਕੀਤਾ ਹੈ ਕਿ ਤੁਸੀਂ ਉਸ ਡਾਕਟਰ ਨੂੰ ਸਸਪੈਂਡ ਕਿਉਂ ਕੀਤਾ ਜਿਸਨੇ ਹਸਪਤਾਲ ਦੇ ਤਰਸਯੋਗ ਹਾਲਾਤ ਸਾਹਮਣੇ ਲਿਆਉਂਦੇ ਸੀ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ। ਅਤੇ ਜਿੱਥੇ ਤੱਕ ਲੋਕਡਾਊਨ ਵਾਲਾ ਸਵਾਲ ਹੈ, 19 ਜੂਨ ਤੋਂ 30 ਜੂਨ ਤੱਕ ਚੇਨਈ ਨੇ ਤੈਅ ਕੀਤਾ ਹੈ ਕਿ ਹੁਣ ਪੂਰਨ ਲੋਕਡਾਊਨ ਲੱਗੇਗਾ ਉੱਥੇ। ਪੰਜਾਬ ਸਰਕਾਰ ਨੇ ਵੀ ਇੱਕ ਫੈਸਲਾ ਲਿਆ ਹੈ। ਸਿਵਲ ਸਰਜਨਾਂ ਦੀ ਪ੍ਰਧਾਨਗੀ ਵਿੱਚ ਕਮੇਟੀਆਂ ਬਣਾਈਆਂ ਨੇ ਜਿਹੜੀਆਂ ਇਹ ਤੈਅ ਕਰਨਗੀਆਂ ਕਿ ਕੰਟੇਨਮੈਂਟ ਜ਼ੋਨ ਕਿਸ ਤਰ੍ਹਾਂ ਡਿਫਾਈਨ ਕੀਤਾ ਜਾਵੇ, ਹੱਦਬੰਦੀ ਕਿੱਦਾਂ ਕੀਤੀ ਜਾਵੇ, ਕਿੰਨਾ ਕੁ ਲੋਕਡਾਊਨ ਉੱਥੇ ਜ਼ਿਆਦਾ ਰਹੇਗਾ ਘੱਟ ਰਹੇਗਾ, ਇਹ ਤੈਅ ਕਰਨ ਲਈ ਕਮੇਟੀਆਂ ਬਣਾਈਆਂ ਨੇ। ਅਤੇ ਜੇ ਸਿਰਫ ਅੰਕੜਿਆਂ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਪਿਛਲੇ 24 ਘੰਟੇ, ਮਤਲਬ June 17 ਦੀ ਸ਼ਾਮ ਤੋਂ ਪਿਛਲੇ 24 ਘੰਟੇ ਵਿੱਚ 2000 ਤੋਂ ਜ਼ਿਆਦਾ ਮੌਤਾਂ ਹੋ ਗਈਆਂ ਨੇ। ਕੁੱਲ ਕੇਸ 3,54,000 ਤੋਂ ਜ਼ਿਆਦਾ ਹੋ ਗਏ ਨੇ ਅਤੇ 11,900 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ। ਜੌਨ ਹੌਪਕਿੰਸ ਯੂਨੀਵਰਸਿਟੀ ਮੁਤਾਬਕ ਭਾਰਤ ਬੁਰੀ ਤਰ੍ਹਾਂ ਪ੍ਰਭਾਵਿਤ ਮੁਲਕਾਂ ਵਿੱਚ ਅਮਰੀਕਾ, ਬ੍ਰਾਜ਼ੀਲ ਅਤੇ ਰੂਸ ਤੋਂ ਬਾਅਦ 4th ਨੰਬਰ 'ਤੇ ਹੀ ਮੌਜੂਦ ਹੈ ਫਿਲਹਾਲ। ਅਤੇ ਦੁਨੀਆ ਭਰ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਕਰੀਬ 82 ਲੱਖ ਪਹੁੰਚ ਚੁੱਕੇ ਨੇ ਅਤੇ ਮੌਤਾਂ ਦੀ ਗਿਣਤੀ 4,44,000 ਤੋਂ ਜ਼ਿਆਦਾ ਹੋ ਗਈ ਹੈ।